أيها الذين آمنوا أنفقوا من طيبات ما كسبتم ومما أخرجنا لكم من الأرض ولا تيمموا الخبيث منه تنفقون سورہ بقرہ کی 267 نمبر آیت ہے اللہ فرماتے ہیں اے میرے پیارے بندیوں اے مومنوں اے ماننے والوں اے ایمانداروں اے مسلمانوں اللہ فرماتے ہیں انفقوا من طیبات ما کسبتم خرچ کرو پاکیزہ رزق حلال رزق جو تسی کماندے ہو کمائی تہاڈی ہے لیکن اللہ دے نام تے خرچ کرنا ہے تہانوں بھی اللہ نے کہا ہے کہ تسی اگے اللہ دا حکم مان کے رسول دا حکم مان کے اللہ دے بندیاں تے خرچ کرنا ضروری ہے زندگی واسطے فرمایا انفقوا من طیبات ما کسبتم جو تسی کماندے ہو سارا سال جو تسی کمائی کردے ہو تلبان دیئے تہاڈی تجارت ہے ਤੁਹਾਡੀ ਹੋਰ ਦੁਕਾਨਦਾਰੀਏ ਤੁਹਾਡੇ ਮਾਂ ਬਰਾਦਰੀ ਤੁਹਾਡੇ ਕੋਲ ਸੋਨਾ ਚਾਂਦੀ ਏ ਜੋ ਤੁਸੀਂ ਸਾਲ ਅੰਦਰ ਕਮਾਇਆ ਆਮਦਨ ਹਾਸਲ ਕੀਤੀ ਏ ਅੱਲਾ ਫਰਮਾਉਂਦੇ ਨੇ ਉਹ ਚ ਖਰਚ ਕਰੋ ਜਿਨਾਂ ਫਰਮਾਇਆ ਵਾਨੀ ਮਾਫਨ ਜਨਾਨਕੁਮ ਮਿਨਲ ਅਰਜ ਜ਼ਿਮੀਦਾਰ ਵੀ ਮਰਹੂਮ ਨਾ ਰਹੇ ਖਰਚ ਕਰਨ ਤੋਂ ਕਿਸਾਨ ਵੀ ਮਰਹੂਮ ਨਾ ਰਹਿ ਜਾਏ ਅੱਲਾ ਫਰਮਾਉਂਦੇ ਨੇ ਜੋ ਜ਼ਮੀਨ ਤੁਹਾਡੇ ਵਾਸਤੇ ਜਿਹੜੀ ਵੀ ਚੀਜ਼ ਨਿਕਾਲਦੀ ਏ ਜ਼ਮੀਨ ਦੀ ਪੈਦਾਵਾਰ ਤੋਂ ਵੀ ਖਰਚ ਕਰੋ ਵਲਾ ਜੋ ਜ਼ਮੀਨ ਨਿਕਾਲਦੀ ਪੈਦਾਵਾਰ ਜ਼ਮੀਨ ਦੀ ਪੈਦਾਵਾਰ ਜੋ ਤੁਸੀਂ ਖਰਚ ਕਰੋ ਜੋ ਵੀ ਜ਼ਮੀਨ ਚੋਂ ਪੈਦਾ ਹੁੰਦਾ ਤੇ ਉਗਦਾਵੇ ਤੁਸੀਂ ਇਹਦੇ ਬੀਜ ਇੱਕ ਮਨ ਬੀਜਿਆ ਲੇਕਿਨ ਅੱਲਾ ਨੇ ਤੁਹਾਨੂੰ ਇੱਕ ਮਨ ਦੇ ਬਦਲੇ 50 ਮਨ ਅਤਾ ਫਰਮਾਇਆ ਵੇ ਇਹਦੇ ਅੰਦਰ ਕਮਾਲ ਤੁਹਾਡਾ ਨਹੀਂ ਇਸ ਮਾਲਕ ਨੇ ਤੁਹਾਨੂੰ ਮਾਲ ਦਿੱਤਾ ਤੇ ਮਾਲ ਨਾਜ਼ਰ ਕੀਤਾ ਤੁਹਾਡੇ ਘਰ ਅੰਦਰ ਮਾਲ ਆਇਆ ਅਨਾਜ ਆਇਆ ਵੇ ਉਸ ਮਾਲਕ ਨੇ ਆਪਣਾ ਹਿੱਸਾ ਆਪਣੇ ਬੰਦਿਆਂ ਵਾਸਤੇ ਮੁਕਤਸਮ ਵੀ ਫਰਮਾਇਆ ਫਰਮਾਵਲਾ ਤਯਮਮੁਲ ਖਬੀਸ ਮਿਨਹੁ ਤੁਨਫਿਕੂਨ ਲੇਕਿਨ ਯਾਦ ਰੱਖਿਆ ਜੇ ਗੰਦ ਮੰਦ ਤੇ ਘਟੀਆ ਕਿਸਮ ਦਾ ਮਾਲ ਜੋ ਤੁਸੀਂ ਅੱਲਾ ਦੀ ਰਾਤ ਕਰ ਕਰਦੇ ਹੋ ਉਹ ਨਾ ਕੋਈ ਐਸਾ ਮਾਲ ਅੱਲਾ ਵਾਸਤੇ ਨਹੀਂ ਖਰਚ ਕਰਨਾ ਜਿਹੜਾ ਮਾਲ ਤੁਸੀਂ ਤੁਹਾਨੂੰ ਲੈਣਾ ਪੈਦਾ ਹੈ ਤੇ ਤੁਸੀਂ ਅੱਖਾਂ ਬੰਦ ਕਰ ਲਓ ਮਜਬੂਰ ਹੋ ਜਾਓ ਉਹ ਤੋਂ ਕੜਾਹਟ ਮਹਿਸੂਸ ਕਰੋ ਇਹ ਨਹੀਂ ਕਿ ਪਿੰਡ ਚੁੱਕੇ ਹੈ ਚੰਗੀ ਚੰਗੀ ਗੰਦਮ ਸਾਫ ਸਾਫ ਕਰਨ ਕਣਕ ਆਪਣੇ ਘਰ ਲਿਆ ਵੀ ਮਸ਼ੀਨ ਦਾ ਬਿਨਾ ਕਰੀ ਹਿੱਸਾ ਮਸ਼ੀਨ ਦਾ ਜਿਹੜਾ ਕਲਮ ਪੜਾਓ ਵੇ ਜ਼ਮੀਨ ਦਾ ਵੰਦ ਮੰਦ ਸਾਰਾ ਇਕੱਠਾ ਕਰਕੇ ਉਸਰ ਦੇਖਦੇ ਹੋ ਅੱਲਾ ਫਰਮਾਉਂਦੇ ਨੇ ਚੰਗੀ ਚੀਜ਼ ਨੂੰ ਕਬੂਲ ਕਰਦਾ ਅੱਛਾ ਮਨ ਅੱਲਾ ਦੀ ਰਾਤ ਖਰਚ ਕਰਨਾ ਵੇ ਔਰ ਦੂਸਰੇ ਮੁਕਾਮ ਤੇ ਅੱਲਾ ਨੇ ਫਰਮਾਇਆ ਸੁਣਾ ਨਾਮ ਦੇ ਅੰਦਰ ਅੱਲਾ ਨੇ ਸਾਰੇ ਫਸਲਾਂ ਖੇਤ ਕਲਿਆਣ ਦਾ ਤਜ਼ਕਰਾ ਕੀਤਾ ਕਿਆ ਕਿ ਫਰਮਾਇਆ ਤੂੰ ਹੱਕਾ ਹੂ ਯਹੂ ਮਾ ਸਾਦੀ ਇਹ ਜਿਹੜਾ
ਤੁਸੀਂ ਕਟਾਈ ਦੇ ਦਿਨ ਤੁਸੀਂ ਮਾਲ ਅਨਾਜ ਹਾਸਲ ਕਰ ਰਹੇ ਹੋ, ਉਸ ਦਿਨ ਉਹਦਾ ਹੱਕ ਵੀ ਅਦਾ ਕਰਦੇ ਹੋ ਜਿਹੜਾ ਅੱਲਾ ਨੇ ਤੁਹਾਡੀ ਮਾਲ ਦੇ ਅੰਦਰ ਤੁਹਾਡੀ ਫਸਲ ਦੇ ਅੰਦਰ ਗਰੀਬਾਂ ਮਸਕੀਨਾਂ ਦਾ ਰੱਖਿਆ ਵੇ, ਉਸੇ ਦਿਨ ਉਹਨੂੰ ਅਦਾ ਕਰਦੇ ਹੋ। ਔਰ ਤੀਸਰੇ ਮੁਕਾਮ ਤੇ ਅੱਲਾ ਫਰਮਾਉਂਦੇ ਨੇ, ਜੇ ਮਾਲ ਮੇਰੀ ਰਾਤ ਖਰਚ ਕਰੋਗੇ ਉਸੇ ਅਦਾ ਕਰੋਗੇ, ਤੇ ਫਿਕਰ ਨਾ ਕਰਿਆ ਜੇ ਕਿ ਸਾਡਾ ਮਨ ਕੱਟ ਗਿਆ ਸਾਡਾ ਦੋ ਮਨ ਕੰਮ ਹੋ ਗਿਆ ਵੇ। ਅੱਲਾ ਫਰਮਾਉਂਦੇ ਨੇ ਸੋਚ ਤੁਸੀਂ ਲੈਂਦੇ ਹੋ ਸਾਡਾ ਮਨ ਬੜ ਗਿਆ ਵੇ, ਤੇ ਕਿਉਂਕਿ ਨਾ ਲੰਦਾ ਤੇ ਨਜ਼ਦੀਕ ਮਾਲ ਨਹੀਂ ਬਣਦਾ ਸੂਦ ਅੰਦਰ ਵੀ ਵਰਤਦੀਆਂ ਨੇ। ਅੱਲਾ ਫਰਮਾਉਂਦੇ ਨੇ ਬਮਾ ਤੇ ਤੁਮ ਮਿਨ ਜ਼ਕਾਤ ਤੁਰੀ ਦੂਣਾ ਵਜ ਗੱਲਾ ਬੌਲਾਏ ਕਬੂਲ ਮੁਜ਼ੇਫੂਰ। ਅੱਜ ਮੁਲਕ ਦੇ ਵਜ਼ੀਰ ਆਦਮ ਕਹਿੰਦੇ ਫਿਰਦੇ ਨੇ ਸੂਦ ਰਾਂਦੇ ਕੀ ਤੇ ਮੁਲਕ ਨੇ ਕੀ ਚੱਲਦਾ। ਅੱਲਾ ਫਰਮਾਉਂਦੇ ਨੇ ਇਹ ਗੱਲ ਛੱਡ ਦਿਓ, ਬਮਾ ਤੇ ਤੁਮ ਮਿਨ ਜ਼ਕਾਤ ਤੁਰੀ ਦੂਣਾ ਵਜ ਗੱਲਾ, ਜੋ ਤੁਸੀਂ ਜ਼ਕਾਤ ਦਾ ਮਾਲ ਅੱਲਾ ਦੀ ਰਾਹ ਤੇ ਖਰਚ ਕਰੋਗੇ ਕੁਛ ਨੂਤੀ ਅੱਲਾ ਦੀ ਵਾਸਤੇ ਰਜ਼ਾ ਬੰਦੀ ਅੱਲਾ ਕੀ ਹਾਸਲ ਕਰਨ ਵਾਸਤੇ। ਅੱਲਾ ਫਰਮਾਉਂਦੇ ਨੇ ਕੰਮ ਨਹੀਂ ਹੋਏਗਾ ਮੌਲਾਏ ਕਬੂਲ ਮੁਜ਼ੇ ਫੂਰ। ਅਸੀਂ ਵਾਅਦਾ ਕਰਨੇ ਅਸੀਂ ਬਹੁਤ ਜ਼ਿਆਦਾ ਬਣਾ ਚੜਾ ਕੇ ਤੁਹਾਨੂੰ ਤਾਂ ਕਰ ਦਿਆਂਗੇ, ਤੁਸੀਂ ਮਨ ਅੱਲਾ ਦੀ ਰਾਤ ਖਰਚ ਕੀਤਾ ਅਸੀਂ 700 ਮਨ ਤੱਕ ਦੇ ਦਿਆਂਗੇ, ਅਸੀਂ 1400 ਮਨ ਤੱਕ ਦੇ ਦਿਆਂਗੇ, ਤੁਸੀਂ ਮਨ ਖਰਚ ਕੀਤਾ ਅਸੀਂ 2800 ਮਨ ਤੱਕ ਦੇ ਦਿਆਂਗੇ। ਕਹਿੰਦਾ ਫਰਮਾਉਂਦੇ ਨੇ ਬੰਵਾਹੋ ਵਾਸੇ ਨਦੀਨ, ਇਹ ਗਿਣਤੀ ਕੇ ਤੁਹਾਡੇ ਆਦਕਾ ਨੇ, ਲੇਕਿਨ ਅੱਲਾ ਦੇ ਖਜ਼ਾਨੇ ਚ ਕਮੀ ਕੋਈ ਨਹੀਂ। ਜਿੰਨਾ ਗੁਣ ਹੋਏਗਾ ਉਨਾ ਹੀ ਮਿੱਠਾ ਹੋਏਗਾ, ਜਿੰਨਾ ਪ੍ਰਦੂਸ਼ਣ ਇੰਨਾ ਪੀਏ ਤੁਹਾਡੇ ਅੰਦਰ ਆਏਗੀ, ਅੱਲਾ ਦੀ ਰਜ਼ਾ ਮੰਦੀ ਹਾਸਲ ਕਰਨ ਦਾ ਸ਼ੌਕ ਪੈਦਾ ਹੋਏਗਾ, ਅੱਲਾ ਉਨਾ ਹੀ ਬਣਾ ਚੜਾ ਕੇ ਤੁਹਾਨੂੰ ਤਾਂ ਫਰਮਾ ਦੇਗਾ। ਹਰ ਗੱਲ ਮਾਲ ਦੇ ਅੰਦਰ ਬਰਕਤ ਪਾਈ ਹੁੰਦੀ ਹੈ ਤੇ ਅੱਲਾ ਦੇ ਹਿੱਸੇ ਨੂੰ ਨਿਕਾਲ ਲਿਆ ਜਾਏ। ਆਈ ਹੈ ਆਪਣੀਆਂ ਫਸਲਾਂ ਕੇ ਤੱਕ ਧਿਆਨ ਦਾ ਮਾਲ ਉਠਾ ਰਹੇ ਹੋ, ਅਜੇ ਗੰਦਮ ਉਠਾਈ ਜਾ ਰਹੀ ਹੈ, ਹੋਰ ਵੀ ਫਸਲਾਂ ਚੁੱਕੀਆਂ ਜਾ ਰਹੀਆਂ ਨੇ, ਇਹਨਾਂ ਵਿੱਚ ਅੱਲਾ ਦਾ ਹਿੱਸਾ ਜਿਹੜਾ ਉਹ ਕਾ ਖਾਰਜ ਕਰਦੇ ਹੋ, ਉਹ ਨਿਕਾਲ ਦਿਓ ਜੋ ਅੱਲਾ ਨੂੰ ਤੁਮ ਦਿੱਤਾ ਵੇ। ਅੱਲਾ ਮਾਲ ਅੰਦਰ ਬਰਕਤ ਪੈਦਾ ਫਰਮਾ ਦੇਗਾ। ਅੱਲਾ ਦੇ ਪਿਆਰੇ ਪੈਗੰਬਰ ਸੱਲਲਾਹੁ ਅਲੈਹਿ ਵਸੱਲਮ ਨੇ ਫਰਮਾਇਆ, ਮਹਬੂਬ ਪੈਗੰਬਰ ਸੱਲਲਾਹੁ ਅਲੈਹਿ ਵਸੱਲਮ ਫਰਮਾਉਂਦੇ ਨੇ, ਅੱਲਾ ਦਾ ਕੁਰਾਨ ਆਇਆ ਮਹਬੂਬ ਦੇ ਕਲਮ ਦੇ ਉੱਤੇ, ਅੱਲਾ ਫਰਮਾਉਂਦੇ ਨੇ ਖੁਦ ਮੇਨਾ ਮਵਾਲੀ ਕਿਉਂ ਸਦਾ ਕਰਨ ਤੂੰ ਕਾਫੀ ਰੋਹੋ ਵਦ ਦਕੀਹਿਮ ਵਦ ਸੱਲੀ ਅਲੈਹਿਮ ਇਨਨਾ ਸਲਾਤ ਸਕਨ ਲਹੁਮ ਵੱਲਾਹੁ ਸਮੀਉਨ ਅਲੀਮ। ਅੱਲਾ ਫਰਮਾਉਂਦੇ ਇਨਾ ਕੋਲ ਮਾਲ ਹਾਸਲ ਕਰ ਪੈਗੰਬਰ ਤਾਂ ਕਿ ਇਨਾ ਦਾ ਮਾਲ ਪਾਕ ਹੋ ਜਾਏ, ਲੋਕਾਂ ਦੇ ਹੱਕ ਤੋਂ ਪਾਕ ਹੋ ਜਾਏ, ਹਰਾਮ ਤੋਂ ਪਾਕ ਹੋ ਜਾਏ, ਹੱਕਦਾਰਾਂ ਦੇ ਹੱਕ ਤੋਂ ਪਾਕ ਹੋ ਜਾਏ। ਔਰ ਇਹਨਾਂ ਵਾਸਤੇ ਦੁਆਵਾਂ ਦੇ ਤਰਾਨੇ ਪੜਿਆ ਕਰ, ਅੱਲਾ ਸੁਣਦਾ ਵੀ ਹੈ ਤੇ ਜਾਣਦਾ ਵੀ ਹੈ। ਕਿਤੇ ਅੱਲਾ ਫਰਮਾਉਂਦੇ ਨੇ ਜੇ ਮਾਲ ਅੱਲਾ ਦੀ ਰਾਹ 'ਚ ਖਰਚ ਕਰੋਗੇ ਤੇ ਤੰਗੀਆਂ ਦੂਰ ਹੋ ਜਾਣਗੀਆਂ, ਤੇ ਸਦਕਾ ਫੈਲਾ ਜੋ ਆਪਣਾ ਸ਼ਹਿਰ ਬਣਾਓਗੇ ਤੇ ਤੰਦਰੁਸਤੀ ਮੁੱਕ ਜਾਏਗੀ, ਖੁਸ਼ਹਾਲੀਆਂ ਪੈਦਾ ਹੋ ਜਾਣਗੀਆਂ। ਅੱਲਾ ਫਰਮਾਉਂਦੇ ਨੇ ਬਾਮਾ ਮਨ ਆ ਪਾਵਤ ਸੱਚਾ ਕਾ ਬਿਨ ਹੁਸਨਾ ਫਸਨ ਯਸਿਰੋ ਲਿਲ ਯੁਸਨਾ ਬਾਮਾ ਮਨ ਬਕਿਨ ਵਸਤਵਨਾ ਵਕੰਜਵ ਬਿਨ ਹੁਸਨਾ ਫਸਨ ਯਸਿਰੋ ਲਿਲ ਹੁਸਨਾ। ਜਿਹੜਾ ਬੰਦਾ ਅੱਲਾ ਦੀ ਰਾਤ ਖਰਚ ਕਰਦਾ
ਅੱਲਾ ਦੇ ਡਰ ਤੋਂ ਅੱਲਾ ਦਾ ਡਰ ਹਾਸਲ ਕਰਨ ਦੀ ਖਾਤਰ ਅੱਲਾ ਫਰਮਾਂਦੇ ਨੇ ਫਸਲ ਅਸੀਂ ਉਹਦੇ ਵਾਸਤੇ ਆਸਾਨੀਆਂ ਪੈਦਾ ਕਰ ਦਿੰਦੇ ਹਾਂ, ਉਹਦੀ ਜ਼ਿੰਦਗੀ ਆਸਾਨ ਹੋ ਜਾਂਦੀ ਹੈ, ਉਹਦਾ ਵਕਤ ਕੀਮਤੀ ਬਣ ਜਾਂਦਾ ਜੇ, ਉਹਦਾ ਮਾਲ ਆਸਾਨੀ ਦੇ ਨਾਲ ਮੁਰਿਦ ਦਾ ਹਾਸਲ ਹੋ ਸਕਦਾ ਵੇ, ਉਹਦੇ ਵਾਸਤੇ ਸਾਰੇ ਆਸਾਨ ਹੁੰਦੇ ਜਾਣਗੇ, ਉਹਦੇ ਮਾਲ ਨਾਲ ਸਾਰੇ ਆਸਾਨ ਹੋ ਜਾਣਗੇ। ਜਿਹੜਾ ਬੰਦਾ ਕੰਜੂਸੀ ਕਰੇਗਾ ਤੇ ਜਿਹੜਾ ਬੰਦਾ ਇਸਤਗਰਾ ਬੰਦੇਗਾ, ਅੱਲਾ ਫਰਮਾਉਂਦੇ ਨੇ ਵਾਪਸਾਂ ਨੂੰ ਇਸੇ ਰੋਲੇ ਉਸਰਾ ਬਕੀਰ ਦੇ ਟੂਬਲ ਫੋਰ ਬੰਦੇ ਦਾ ਅਸੀਂ ਜਿੰਦ ਕੰਮ ਕਰ ਦਿਆਂਗੇ, ਉਹਦੇ ਵਾਸਤੇ ਰਸਾਂ ਵਾਸਤੇ ਮੁਸ਼ਕਿਲ ਬਣਾ ਦਿਆਂਗੇ, ਉਹਦੇ ਵਾਸਤੇ ਤੰਗੀਆਂ ਹੀ ਤੰਗੀਆਂ, ਉਹਦੇ ਵਾਸਤੇ ਖਰਾਬੀਆਂ ਹੀ ਖਰਾਬੀਆਂ ਪੈਦਾ ਹੋ ਜਾਣਗੀਆਂ। ਅਸੀਂ ਮਿਹਨਤ ਕਰ ਰਿਹਾ ਵਾ ਜੇ ਦਰਜ ਦੇ ਨਾਲ ਖਰਚ ਕਰਾਂਗੇ ਅੱਲਾ ਬਰਕਤਾਂ ਪੈਦਾ ਫਰਮਾ ਜਾਏਗਾ। ਮੁਸਲਮ ਹੁੰਦਾ ਸਹੀ, ਮੁਸਲਮ ਹੁੰਦਾ ਸਹੀ, ਸਰਦ ਰਾਜ ਸੇ ਬਣੀ ਇਸਰਾਇਲ ਦਾ ਵਾਕਿਆ ਨਬੀ ਪਾਕ ਨੇ ਬਿਆਨ ਫਰਮਾਇਆ। ਇੱਕ ਬੰਦਾ ਸਹਿਰਾ ਪਿਆ ਬਾਹਰ ਦੇ ਅੰਦਰ ਜਾ ਰਿਹਾ ਵੇ, ਪਹਾੜੀਆਂ ਦੇ ਸਾਏ ਸਾਰੇ ਚੱਲ ਰਿਹਾ ਵੇ, ਬਾਹਰੇ ਪੱਥਰ ਨੇ, ਨਬੀ ਸੱਲਮ ਫਰਮਾਉਂਦੇ ਨੇ ਅਚਾਨਕ ਇੱਕ ਬੱਦਲ ਦਾ ਟੁਕੜਾ ਆਇਆ ਵੇ, ਬੱਦਲ ਦਾ ਟੁਕੜਾ ਜਦੋਂ ਆਇਆ ਤੇ ਉਹਨੇ ਆਪਣੀ ਆਵਾਜ਼ ਗੱਲ ਚਮਕ ਦੇ ਨਾਲ ਗੁਫਤਗੂ ਕਰਨਾ ਸ਼ੁਰੂ ਕੀਤਾ। ਬਰਦ ਦੇ ਅੰਦਰ ਫਰਿਸ਼ਤੇ ਨੇ ਆਵਾਜ਼ ਦਿੱਤੀ ਏ ਇਸ ਤੇ ਰਤੀ ਕਾ ਤਫਲਾ ਨੇ ਚੰਦ ਬੱਦਲਾ ਤੇ ਬੱਦਲ ਦੇ ਟੁਕੜਿਆ ਫਲਾਣੀ ਦੇ ਬਾਗ ਨੂੰ ਪਾਣੀ ਪਿਆ ਕੇ ਆ ਬਣਾਣੇ ਦੇ ਜ਼ਮੀਨ ਨੂੰ ਸ਼ਰਾਬ ਕਰਕੇ ਆ ਲੈ ਲੱਗਾ ਬੰਦਾ ਮੈਂ ਸੱਜੇ ਖੱਬੇ ਵੇਖਿਆ ਖੇਤ ਖਲਿਆਲ ਕੋਈ ਨਹੀਂ ਸ਼ਰਾਬ ਪਈਆ ਬਾਰੇ ਕੋਈ ਇਨਸਾਨ ਨਜ਼ਰ ਨਹੀਂ ਆ ਰਿਹਾ ਚਾਂਦ ਸਵੇਰੇ ਨਜ਼ਰ ਆਉਂਦਾ ਤੇ ਕੋਈ ਨਜ਼ਰ ਨਹੀਂ ਆਇਆ ਫਿਰ ਆਖਰ ਇਹਨੇ ਅਸਮਾਨ ਦੀ ਤਰਫ ਨਿਗਾਹ ਉਠਾਈ ਹੈ ਤੇ ਬਾਦ ਪੱਧਰਾਂ ਚੋਂ ਪਈ ਆ ਰਹੀ ਹੈ ਇਹ ਬੰਦੇ ਦਾ ਇਸ਼ਤਿਆਕ ਬਣਿਆ ਮੈਂ ਵੇਖਾਂ ਤੇ ਸਹੀ ਇਹ ਕਿਹੜਾ ਕੁਝ ਨਸੀਬ ਇਨਸਾਨ ਹੈ ਇਹਦੇ ਵਾਸਤੇ ਆਸਮਾਨ ਦੇ ਪੱਧਰ ਪਾਣੀ ਬਰਸਾਉਣ ਵਾਸਤੇ ਤਿਆਰ ਨੇ ਤੇ ਫਰਿਸ਼ਤੇ ਆਵਾਜ਼ ਆਉਂਦੇ ਨੇ ਮਗਰ ਵੀ ਆਵਾਜ਼ ਆ ਰਹੀ ਹੈ ਇਸ ਨੇ ਅਤੀਕ ਦਾ ਫੁਲਾਨ ਗੱਲ ਕਰ ਮੈਂ ਇਸੇ ਸਲਾਮ ਦੇ ਸੋਚੀ ਰਿਹਾ ਸਾ ਮੈਂ ਆਸਮਾਨ ਵੱਲ ਵੇਖਿਆ ਚੰਦ ਟੁਕੜੇ ਬੱਦਲ ਦੇ ਚੰਦ ਟੁਕੜੇ ਆਏ ਜਮਾ ਹੋਏ ਤੇ ਕਾਲੀ ਜ਼ਮੀਨ ਦੇ ਉੱਤੇ ਉਹਨਾਂ ਨੇ ਬਰਸਾ ਸ਼ੁਰੂ ਕੀਤਾ ਪਾਣੀ ਬਰਸਿਆ ਪੱਥਰੀਲੀ ਜ਼ਮੀਨ ਨੇ ਇਹ ਪੜਾ ਪਾਣੀ ਜ਼ਮੀਨ ਦੀ ਤਰ੍ਹਾਂ ਉਤਾਰਨਾ ਸ਼ੁਰੂ ਕੀਤਾ ਰਾਸਤੇ ਤੋਂ ਜ਼ਮੀਨ ਦੇ ਉੱਤੇ ਖਾਲੀ ਹੈ ਇਹ ਖਾਲੀ ਦੇ ਅੰਦਰ ਸਾਰਾ ਪਾਣੀ ਜਾ ਰਿਹਾ ਵੇ ਤੇ ਕਹਿਣ ਲੱਗਾ ਇਹ ਮੈਂ ਨਾਲੀ ਦੇ ਨਾਲ ਪਾਣੀ ਦੇ ਰੁੱਖ ਨੂੰ ਦੇ ਕੇ ਪਾਣੀ ਦੇ ਪਿੱਛੇ ਪਿੱਛੇ ਚੱਲ ਪਿਆ ਦੇਖਾ ਤੇ ਸਹੀ ਕਿਹੜਾ ਕੁਛ ਨਸੀਬ ਹੈ ਜਿਹਦੇ ਵਾਸਤੇ ਅੱਲਾ ਨੇ ਇੰਨਾ ਬੰਦੋਬਸਤ ਕੀਤਾ ਜਿਹਦੇ ਵਾਸਤੇ ਗੱਡੀ ਇਮਦਾਦ ਆ ਰਹੀ ਹੈ ਆਸਮਾਨ ਦੇ ਪੱਧਰ ਉਹਦੇ ਪਾਗ ਨੂੰ ਸ਼ਰਾਬ ਕਰਨ ਵਾਸਤੇ ਤਿਆਰ ਨੇ ਕਹਿਣ ਲੱਗਾ ਮੈਂ ਵੀ ਨਾਲ ਨਾਲ ਪਾਣੀ ਦੇ ਹੋ ਗਿਆ ਥੋੜ੍ਹਾ ਜਿਹਾ ਅੱਗੇ ਗਿਆ ਤੇ ਇੱਕ ਬੰਦੇ ਨੇ ਮੋਢਿਆਂ ਤੇ ਠੀਕ ਰੱਖੀ ਹੈ ਬਾਲਾ ਫੜਿਆ ਕਹਿੰਦੇ ਲੰਗਰ ਕੰਨੇ ਛੱਕ ਰਹੇ ਹੈ ਸਾਰਾ ਸੰਤੁਸ਼ਟ ਕਰ ਰਹੇ ਹੈ ਨਾਲੀ ਨਾਲੀ ਦੁਰਸਤ ਕਰ ਰਹੇ ਹੈ ਇਹ ਦੁਰਸਤ ਕਰਦਾ ਪਿਆ ਮੈਂ ਇਹਦੇ ਕੋਲ ਪਹੁੰਚਿਆ ਤੇ ਮੈਂ ਪੁੱਛਿਆ ਭਾਈ ਜੀ ਤੇਰਾ ਨਾਮ ਕੀ ਹੈ ਹੁੱਕਾ ਬੁੱਕਾ ਹੋ ਗਿਆ ਕਹਿਣ ਲੱਗਾ ਮੇਰਾ ਨਾਮ ਪੁੱਛਣ ਦੀ ਤੈਨੂੰ ਕਿਹੜੀ ਲੋੜ ਹੈ ਮੈਂ ਤੈਨੂੰ ਨੀ ਜਾਣਦਾ ਤੂੰ ਮੈਨੂੰ ਨੀ ਜਾਣਦਾ ਆਖਰ ਵਜ੍ਹਾ ਕੀ ਹੈ ਕਹਿਣ ਲੱਗਾ ਭਾਈ ਜੀ ਆਪਣਾ ਨਾਮ ਪਤਾ ਤੇ ਦੱਸੋ ਆਪਣਾ ਤਾਰਫ ਜੇ ਕਰਵਾਓ ਮੈਂ ਕਿਹਾ ਫਲਾਣਾ ਨਾਮ ਮੇਰਾ ਹੈ ਇਹ ਸੋਚੀ ਪਿਆ ਕਿ ਬੱਦਲਾਂ ਚ ਵੀ ਇਹੀ ਨਾਮ ਸੁਣਿਆ ਸੀ ਇਹੀ ਬੰਦਾ ਤੇ ਕਹਿਣ ਲੱਗਾ ਭਾਈ ਜੀ ਤੁਹਾਡਾ ਨਾਮ ਇਹ ਪਤਾ ਕੀ ਹੈ ਸਾਰਾ ਜਿਹਾ ਅਸੀਂ ਪੁੱਛਿਆ ਤੇ ਹੁਣ ਉਹ ਤੇਰਾ ਜ਼ਿੰਮੇਦਾਰ ਕਿਸਾਨ ਹੈ ਕਹਿਣ ਲੱਗਾ ਭਾਈ ਜੀ ਆਖਰ ਤੁਸੀਂ ਮੇਰਾ ਨਾਮ ਪੁੱਛਿਆ ਵਜ੍ਹਾ ਕੀ ਹੈ ਕਿਉਂ ਪੁੱਛਿਆ ਕੀ ਵਜ੍ਹਾ ਕੀ ਮਾਮਲਾ ਹੈ ਤੁਸੀਂ ਕਿਤੇ ਦੱਸੋ ਕਿਉਂ ਆਏ ਹੋ
ਕਹਿਣ ਲੱਗਾ ਸਰ ਮਾਮਲਾ ਇਹ ਮੈਂ ਤੇ ਚੱਲਦਾ ਜਾ ਰਿਹਾ ਸਰ ਸ਼ਹਿਰਾਂ ਦੇ ਅੰਦਰ ਅਚਾਨਕ ਪੱਧਰਾਂ ਵਿੱਚੋਂ ਆਵਾਜ਼ ਆਈ ਇਸਕੇ ਅਧੀਨ ਫੁਲਾਨ ਫਲਾਣੇ ਦੇ ਬਾਗ ਨੂੰ ਪਾਣੀ ਪਿਲਾ ਬਦਲਾ ਬਾਰਿਸ਼ ਬਣ ਰਹੀ ਹੈ।